ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡੇ ਬੱਬੀ ਦੀ ਵੈਜੀਟੇਨ ਕਿਚਨ ਦੇ ਵਿੱਚ ਅੱਜ ਆਪਾਂ ਤੁਹਾਨੂੰ ਮਸਾਲੇ ਵਾਲੀਆਂ ਬੜੀਆਂ ਬਣਾ ਕੇ ਦਿਖਾਵਾਂਗੇ ਅੰਮ੍ਰਿਤਸਰੀ ਬੜੀਆਂ ਕਹਿ ਲਓ ਮਸਾਲੇ ਵਾਲੀਆਂ ਕਹਿ ਲਓ ਵੀਡੀਓ ਦੇਖਦੇ ਨੇ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਅੱਜ ਫਿਰ ਆਪਾਂ ਬਣਾਉਣਾ ਸ਼ੁਰੂ ਕਰੀਏ ਦਲੇ ਹੋਏ ਮਾਂ ਜਿਹੜੇ ਹੁੰਦੇ ਆਪਣੇ ਬਿਨਾ ਛਿਲਕ ਤੋਂ ਇਹਨਾਂ ਦੀ ਅੱਜ ਆਪਾਂ ਅਮਰਸਰੀ ਬੜੀਆਂ ਜਿੱਦਾਂ ਹੁੰਦੀਆਂ ਮਸਾਲਾ ਬੜੀ ਕਹ ਲੋ ਹਨ ਉਹ ਬਣਾਵਾਂਗੇ ਇਹਦੀਆਂ ਆਪਾਂ ਇਹ ਮੈਂ 1 ਕੱਪ ਦਾਲ ਦਾ ਲੈ ਕੇ ਓਵਰਨਾਈਟ ਮੈਂ ਭਿੰਦੇ ਸੀਗੇ ਤੇ ਦਾਲ ਹੁਣ ਜਿਹੜੀ ਐਨ ਫੁੱਲ ਗਈ ਆ ਲੁੱਕ ਐਂਡ ਸੌਫਟ ਹੋ ਗਈ ਐ ਜਦੋਂ ਆਪਾਂ ਇਹਦਾ ਫੇਂਕੇ ਦੇਖਦੇ ਨਾ ਸੌਫਟ ਹੋ ਗਈ ਐ ਇਹਨੂੰ ਆਪਾਂ ਪਹਿਲਾਂ ਪੀ ਲਈਏ ਫਿਰ ਆਪਾਂ ਤੁਹਾਨੂੰ ਮਸਾਲੇ ਦਿਖਾਉਣੇ ਆ ਮਿਕਸੀ ਦੇ ਵਿੱਚ ਇਹਨੂੰ ਆਪਾਂ ਗ੍ਰाइंड ਕਰ ਲੈਣਾ ਹੈ ਪੇਸਟ ਬਣਾ ਲੈਣਾ ਇਹਦਾ ਚੰਗੀ ਤਰ੍ਹਾਂ ਦਾਲ ਨੂੰ 2-3 ਪਾਣੀ ਧੋ ਲੈਣਾ ਆ ਫੇਰ ਇਹ ਭੇੜੀਆਂ ਦੇ ਅੱਜ ਦਾ ਸਾਰਾ ਇਹਦਾ ਅਸਰ ਕੱਢ ਕੇ ਜਿਹੜਾ ਇਹਦਾ ਗਲੂਟਨ ਜਿਹਾ ਹੁੰਦਾ ਆ ਫੇਰ ਪੀਣੀ ਆ ਫੇਰ ਧੋਣੀ ਆ ਜਿਆਦੇ ਪਾਣੀ ਦੇ ਵਿੱਚ ਾਉਣ ਦੇਣਾ ਡਰਾਈ ਕਰ ਕਰਕੇ ਇਹਦਾ ਸਾਈਡ ਤੇ ਫੇਰ ਦਾਲ ਪੀਣੀ ਆ ਚਾਹੇ ਤੁਸੀਂ ਕੜਛੀ ਨਾ ਸਾਈਡ ਤੇ ਕਰਕੇ ਜਿਹਦਾ ਪਾਣੀ ਫੇਰ ਉਹਨੂੰ ਪੀ ਲਓ ਜਾਂ ਇਹਦਾ ਸ਼ਾਨਣੀ ਚ ਪਾ ਕੇ ਇਹਨੂੰ ਪਾਣੀ ਥੱਲੇ ਨਿਚੜ ਜਾਊਗਾ ਫੇਰ ਇਹਨੂੰ ਮਿਕਸੀ ਦੇ ਵਿੱਚ ਗ੍ਰाइंड ਕਰਨਾ ਆ ਹਨਾ ਥੋੜੀ ਥੋੜੀ ਪਾ ਕੇ ਇਹਦਾ ਪੇਸਟ ਬਣਾ ਲੈਣਾ ਜਿਆਦੇ ਪਾਣੀ ਨਹੀਂ ਪਾਉਣਾ ਹੈਗਾ ਇਹਦੇ ਚ ਇਦਾਂ ਆਪਾਂ ਇਹਦਾ ਪੇਸਟ ਜਿਹੜਾ ਹੈ ਥਿੱਕ ਕਰਨਾ ਆ ਜੇ ਨਹੀਂ ਪੀ ਹੁੰਦੀ ਕੱਲੀ ਤੇ ਚਮਚੇ ਦੇ ਨਾਲ ਪਾਣੀ ਪਾਉਣਾ ਆ ਕਟਛੀਆਂ ਦੇ ਨਾਲ ਨਹੀਂ ਪਾਣੀ ਪਾਉਣਾ ਹੈਗਾ ਫੇ ਜਿਆਦਾ ਪਤਲੀ ਹੋ ਜਾਣੀ ਆ ਫੇ ਬੜੀਆਂ ਆਪਣੀਆਂ ਸੂਤ ਨਹੀਂ ਆਉਣੀਆਂ ਇਸ ਕਰਕੇ ਆਪਾਂ ਚਮਚਕ ਪਾਣੀ ਦਾ ਪਾ ਕੇ ਫੇ ਪੀਠੀ ਆ ਥੋੜਾ ਥੋੜਾ ਪਾਣੀ ਪਾ ਕੇ ਫੇ ਪੀਣੀ ਆ ਤਾਂ ਆਪਾਂ ਸਾਰੀ ਦਾ ਪੇਸਟ ਬਣਾ ਲਿਆ ਇਦਾਂ ਤੇ ਹੁਣ ਆਪਾਂ ਮਸਾਲੇ ਪੁੰਨ ਕੇ ਇਹਨਾਂ ਚ ਪਾਈਏ ਇਹ ਲਈ ਆਪਾਂ ਦੋ ਵੱਡੇ ਚਮਚੇ ਧਨੀਆ ਲਿਆਏ ਆ ਡਰਾਈ ਧਨੀਆ ਦੇ ਬੀਜ ਜਿਹੜੇ ਹੁੰਦੇ ਆ ਦੋ ਚਮਚੇ ਲਏ ਆ ਅਜਵੈਨ ਦੇ ਕਸੂਰੀ ਮੇਥੀ ਲਈਏ 2 ਚਮਚੇ 2 ਚਮਚੇ ਵੱਡੇ ਜੀਰੇ ਦੇ ਲਏ ਆ ਇਹਨਾਂ ਨੂੰ ਆਪਾਂ ਭੁੰਨਣਾ ਹੈ ਨਾਲ ਨਾਲ ਆਪਾਂ ਭੁੰਨੀ ਜਾਣਾ ਮਸਾਲੇ ਮੈਂ ਤੁਹਾਨੂੰ ਦਿਖਾ ਦਿੰਨੀ ਆ ਗੈਸ ਕਰ ਦਈਏ ਔਨ ਪੈਨ ਦਾ ਥੋੜਾ ਜਿਹਾ ਰੋਸਟ ਕਰਕੇ ਤੇ ਇਹਨਾਂ ਨੂੰ ਥੋੜਾ ਜਿਹਾ ਦਰੜ ਫਰੜ ਜਿਹਾ ਕਰਕੇ ਤੇ ਫਿਰ ਆਪਾਂ ਉਹਦੇ ਚ ਮਿਕਸ ਕਰਾਂਗੇ 2 ਚਮਚੇ ਵੱਡੇ ਜੀਰੇ ਦੇ ਅਜਵੈਨ ਧਨੀਆ 2-3 ਵੱਡੀਆਂ ਲੈਚੀਆਂ ਆ ਕਾਲੀਆਂ ਤੇ 3-4 ਲਈਆਂ ਛੋਟੀਆਂ ਤੇ 10 ਕਲੌਂਗ ਲਏ ਆ ਕਾਲੀ ਮਿਰਚ ਪਾਵਾਂਗੇ ਆਪਾਂ ਇੱਕ ਵੱਡਾ ਚਮਚਾ ਕਾਲੀ ਮਿਰਚ ਤਾਂ ਪਾਵਾਂਗੇ ਥੋੜੀ ਜੀ ਆਪਾਂ ਸਾਵਤੀ ਮਿਰਚ ਉਹਦਾ ਸਿੱਟਾਂਗੇ ਇਹਦੇ ਚ ਹਨਾ ਹੁਣ ਇਹਨਾਂ ਆਪਾਂ ਥੋੜਾ ਜਿਹਾ ਰੋਸਟ ਕਰ ਲੈਣਾ ਫਿਰ ਆਪਾਂ ਇਹਨੂੰ ਭੁੰਨਦੇ ਆ ਰੋਸਟ ਕਰਕੇ ਫਿਰ ਪੀਨੇ ਮਸਾਲੇ ਵਾਲੀ ਬੜੀ ਆ ਤੇ ਫਿਰ ਉਹਦੇ ਚ ਮਸਾਲੇ ਤਾਂ ਜਾਦੇ ਪੈੜੇ ਆ ਹਨਾ ਲੂਣ ਨਹੀਂ ਇਹਦੇ ਚ ਪਾਉਣਾ ਹੈਗਾ ਮਸਾਲੇ ਪਾਉਣੇ ਆ ਕੱਲੇ ਇਹਦੇ ਚ ਲਾਲ ਮਿਰਚ ਪਾਉਣੀ ਆ ਆਪਾਂ ਤੇ ਗਰਮ ਮਸਾਲਾ ਪਾਉਣਾ ਆ ਉਹ ਆਪਾਂ ਪੀਠਿਆ ਤੇ ਆਇਆ ਆਪਣਾ ਉਹ ਆਪਾਂ ਨਾਲ ਨਾਲ ਪਾ ਦੇਣਾ ਆਪਣੇ ਧੁੱਪ ਤਾਂ ਨਿਕਲਦੀ ਨਹੀਂਗੀ ਤੇ ਆਪਾਂ ਤੁਹਾਨੂੰ ਓਵਨ ਦੇ ਵਿੱਚ ਬਣਾ ਕੇ ਦਿਖਾਵਾਂਗੇ ਮਸਾਲਾ ਬੜੀ ਤੁਸੀਂ ਵੀ ਦੇਖਿਓ ਬਣਾ ਕੇ ੱਲੇ ਭੁੱਜਦੇ ਆਂ ਦੀ ਬਹੁਤ ਸੋਹਣੀ ਮਹਿਕ ਆਉਣ ਲੱਗ ਪਈ ਆ ਤੇ ਹੁਣ ਟੜਕਣ ਲੱਗ ਪਿਆ ਆ ਆਪਾਂ ਗੈਸ ਕਰ ਦੇਣਾ ਬੰਦ ਥੋੜਾ ਜਿਹਾ ਠੰਡਾ ਹੋ ਜAVE ਤੇ ਫਿਰ ਇਹਨੂੰ ਆਪਾਂ ਪੀਨੇ ਆ ਮਸਾਲਾ ਹੋ ਗਿਆ ਆਪਣਾ ਠੰਡਾ ਤੇ ਆਪਾਂ ਹੁਣ ਨਾਲ ਨਾਲ ਇਹਨੂੰ ਪਾਈ ਜਾਣਾ ਤੇ ਨਾਲ ਨਾਲ ਥੋੜਾ ਥੋੜਾ ਪੀ ਕੇ ਜਿਆਦਾ ਨਹੀਂ ਜਦਾਂ ਪੇਸਟ ਜੈ ਨਹੀਂ ਬਣਾਉਣਾ ਹੈਗਾ ਬਰੀਕ ਨਹੀਂ ਕਰਨਾ ਫਾਈਨ ਪਾਊਡਰ ਥੋੜਾ ਜਿਹਾ ਦਰਨ ਫਰੜ ਲਿਆ ਕਰਕੇ ਆ ਮੈਂ ਕੋ ਇਦਾਂ ਦਾ ਕੀਤਾ ਆ ਆਪਾਂ ਨਾਲ ਹੀ ਆਪਾਂ ਇਹਨੂੰ ਇਹਦੇ ਚ ਪਾ ਦੇਣਾ ਹੈ ਬੈਟਰ ਦੇ ਵਿੱਚ ਨਾਲ ਹੀ ਰਲਾ ਦੇਣਾ ਇਹ ਸਾਰਾ ਮਸਾਲਾ ਪਾ ਦੇਣਾ ਪਰਿਸ਼ ਹੁਣ ਇਹਦੇ ਵਿੱਚ ਪਾਈਏ ਆਪਾਂ 1 ਟੇਬਲस्पून ਪਾਈਏ ਗਰਮ ਮਸਾਲਾ ਪੀਸਿਆ ਹੋਇਆ ਆਪਣਾ ਕਸੂਰੀ ਮੇਥੀ ਇਹਨੂੰ ਆਪਾਂ ਹੱਥ ਤੇ ਹੀ 프ੈਸ਼ ਕਰ ਲੈਣਾ ਹੈ ਵੱਡੇ 2 ਚਮਚੇ ਆ ਦਾਲ ਚੀਨੀ ਦਾ ਮੈਂ ਪਾਊਡਰ ਪਾਉਣ ਲੱਗੀ ਆ ਇਹਦੇ ਵਿੱਚ 1 टीस्पून ਪਾਤਾ ਹਾਫ ਟੇਬਲस्पून ਪਾਵਾਂਗੇ ਛਿੰਗ ਹਾਫ ਟੇਬਲस्पून ਪਾਵਾਂਗੇ ਪੇਰਚ ਲਾਲ ਮਿਰਚ ਹੁਣ ਆਪਾਂ ਇਹਨੂੰ ਸਾਰੇ ਨੂੰ ਦਾਲ ਦੇ ਵਿੱਚ ਮਿਕਸ ਕਰ ਦੇਣਾ ਮਸਾਲੇ ਨੂੰ ਕੁਝ ਨਹੀਂ ਰਹਿ ਗਿਆ ਆਪਾਂ ਸਾਰਾ ਕੁਝ ਪਾਤਾ ਦੇ ਵਿੱਚ ਨਾਈਸ ਐਨ ਇਹਨੂੰ ਬਣਾ ਲੈਣਾ ਇਸ ਟ੍ਰੇ ਦੇ ਵਿੱਚ ਮੈਂ 베ਕਿੰਗ ਬਟਰ ਪੇਪਰ ਜਿਹੜਾ ਹੈ ਉਹ ਲਾ ਲਿਆ ਹੈ ਉਹਦੇ ਚ ਆਪਾਂ ਰੱਖ ਦੇਣਾ ਇਹਨੂੰ oven ਦੇ ਵਿੱਚ ਪਾਉਣੇ ਆ। ਆhle ਆਪਾਂ ਸਾਰੇ ਮਿਕਸ ਕਰਦੇ ਥੋੜੀਆਂ ਜੀਆਂ ਆਪਾਂ ਕਾਲੀਆਂ ਮਿਰਚਾਂ ਨਾਲ ਸਾਤੀਆਂ ਚ ਸਟਾਂਗੇ ਇਦਾਂ ਹੀ ਭੁੰਨੇ ਤੋਂ ਬਿਨਾਂ ਹੀ ਆਪਾਂ। ਹੁਣ ਇਹਨਾਂ ਆਪਾਂ ਰਲਾ ਲੈਣਾ ਮਿਕਸ ਕਰ ਲੈਣਾ ਹੱਥ ਦੇ ਨਾਲ ਹੀ ਕਰ ਲੈਣੀਆਂ ਹੁਣ ਆਪਾਂ ਨਾਲੇ ਬੜੀਆਂ ਫੇ ਬਣਾਉਣੀਆਂ। ਇਦਾਂ oven ਵਾਲੀ ਟ੍ਰੇ ਦੇ ਵਿੱਚ ਮੈਂ ਪੇਪਰ ਲਾ ਲਿਆ ਆ ਤੇ ਇਹਦੇ ਚ ਹੁਣ ਆਪਾਂ ਬੜੀਆਂ ਰੱਖਾਂਗੇ। ਆ ਦੇਖੋ ਇਦਾਂ ਜੇ ਪਾਣੀ ਪਾ ਕੇ ਫੇ ਆਪਾਂ ਕਰਦੇ ਫਿਰ ਆਪਣਾ ਬੈਟਰ ਜਿਹੜਾ ਸੀਗਾ ਤੇ ਇਹ ਫੇ ਬਹੁਤ ਪਤਲਾ ਹੋ ਜਾਣਾ ਸੀ ਨਾ ਇਦਾਂ ਦਾ ਹੋਣਾ ਚਾਹੀਦਾ ਇੰਦਾ ਛੋਟੇ-ਛੋਟੀਆਂ ਲੈ ਕੇ ਫਿਰ ਵਿੱਚ ਜਿਹੜੀ ਹੈ ਛੇਤੀ ਰਹਿਜ ਜੋਗੀ ਬੜੀ ਹੈ ਨਾ ਇਹਨੂੰ ਇੱਦਾਂ ਮੁੱਦੀ ਮਾਰਨਾ ਹੈ ਸਾਈਜ਼ ਉਸੇ ਆਪਣੇ ਹਿਸਾਬ ਨਾਲ ਕਰ ਲਓ ਵੱਡਾ ਛੋਟਾ ਹੱਥ ਤੇ ਗੋਲ ਕਰਕੇ ਸੈਂਟਰ 'ਚ ਥੋੜੀ ਜਿਹੀ ਦੱਕਾ ਦੇਣੀ ਹੈ ਛੇਤੀ ਸੁੱਕ ਜੂਗੀ ਹੈ ਨਾ 100 ਤੇ ਮੈਂ ਓਵਨ ਨੂੰ ਲਾਤਾ ਆ ਜਿਆਦਾ ਗਰਮ ਤੇ ਨਹੀਂ ਰੱਖਣਾ ਹੈਗਾ ਬਹੁਤ ਲੋ ਹੀਟ ਤੇ ਇਹਨੂੰ ਪਕਾਉਣਾ ਹੈ ਜੇ ਤੁੱਪ ਹੈਗੀ ਹੈ ਫਿਰ ਤੁਸੀਂ ਤੁੱਪੇ ਮੰਜੇ ਤੇ ਚਾਦਰ 'ਚ ਉੱਧਰ ਕੋਈ ਵਿਛਾ ਕੇ ਉੱਪਰ ਕੋਈ ਕੱਪੜਾ ਪਾ ਦਿਓ ਮਲਮਲ ਦਾ ਤੇ ਤੁੱਪੇ ਸਕਾ ਸਕਦੇ ਹੋ ਨਾ ਤੁਸੀਂ ਇਹ ਸਾਰੀਆਂ ਟੱਕ ਲਈਆਂ ਇਦਾਂ ਨਾ ਟੋਕੇ ਕਹਿੰਦੇ ਹੁੰਦੇ ਹਨਾ ਇਹਨਾਂ ਨੂੰ ਤੇ ਹੁਣ ਆਪਾਂ ਇਹਨੂੰ ਓਵਨ ਦੇ ਵਿੱਚ ਰੱਖਦੇ ਆ ਆ ਲਓ ਜੀ ਹੁਣ ਆਪੋ ਓਵਨ ਦੇ ਵਿੱਚ ਰੱਖਤੀ ਟਰੇ ਤੇ ਬਹੁਤ ਘੱਟ ਲੋ ਹੀਟ ਤੇ ਆਪਾਂ ਓਵਨ ਰੱਖਿਆ ਹੈ ਤੇ ਇਹਨੂੰ ਆਪਾਂ ਓਵਨ ਦੇ ਵਿੱਚ ਕਰ ਦਿਤੀਆਂ ਤੇ ਦੇਖਦੇ ਆ ਅੱਧੇ ਘੰਟੇ ਬਾਅਦ ਦੇਖਦੇ ਆ ਇਹਨੂੰ ਖੋਲ ਕੇ ਬਈ ਕਿੱਦਾਂ ਦੀਆਂ ਹੋਈਆਂ ਹਨਾ ਪਈਆਂ ਨੂੰ ਅੱਧੇ ਘੰਟੇ ਤੋਂ ਜ਼ਿਆਦਾ ਹੋ ਗਿਆ ਤੇ ਲੁਕ ਤਾਂ ਥੋੜੀਆਂ ਥੋੜੀਆਂ ਡਰਾਈ ਹੋਣੀਆਂ ਸ਼ੁਰੂ ਹੋ ਗਈਆਂ ਹਨਾ ਆ ਦੇਖੋ ਅਜੇ ਗਿੱਲੀਆਂ ਆ ਹੱਥ ਲਾਗੇ ਤਾਂ ਲੱਗਦਾ ਨਾ ਪਤਾ ਇਸ ਕਰਕੇ ਲੋ ਹੀਟ ਤੇ ਰੱਖਣੀਆਂ ਆ ਸਟੇਜ ਨੇ ਯੋਜਨ ਕਰਨਾ ਹੈਗਾ ਹਨ ਜੇ ਤਾਂ ਉਪਚਿਸ ਕਾਉਣੀਆਂ ਫਿਰ ਤਾਂ ਲੋੜ ਹੀ ਨਹੀਂ ਇਹਨਾਂ ਨੂੰ oven ਚ ਰੱਖਣ ਦੀ ਹੈਨਾ ਹੁਣ ਇਹਨਾਂ ਦਾ ਆਪਾਂ ਪਾਸਾ ਚੇਂਜ ਕਰ ਦੇਣਾ ਜਿੱਦਾਂ ਕਹਿ ਲਓ ਇੱਧਰ ਬਾਹਰ ਕੱਢ ਕੇ ਟ੍ਰੇ ਨੂੰ ਇਧਰਲੀ ਸਾਈਡ ਉਧਰ ਕਰ ਦੇਣੀ ਆ ਤੇ ਉਧਰਲੀ ਸਾਈਡ ਇਧਰ ਕਰ ਦੇਣੀ ਫਿਰ ਕੰਧ ਵੱਲੋਂ ਜਿੱਦਾਂ ਜ਼ਿਆਦਾ ਸੇਕ ਲੱਗਦਾ ਆ ਫਿਰ ਉਧਰੋਂ ਜ਼ਿਆਦਾ ਰੜ ਜਾਣੀਆਂ ਇਧਰ ਲੀਆਂ ਕੱਚੀਆਂ ਰਹਿ ਜਾਣੀਆਂ ਹੈਨਾ ਇਹਦਾ ਸਾਈਡ ਇਹਦੀ ਚੇਂਜ ਕਰ ਦੇਣੀ ਆ ਨਾੜ ਨਾਲ ਇਹਨੂੰ ਦੇਖਦੇ ਰਹਿਣਾ ਆ ਹੁਣ ਜਦ ਬਣ ਗਈਆਂ ਫਿਰ ਮੈਂ ਤੁਹਾਨੂੰ ਕੱਢ ਕੇ ਦਿਖਾਉਣੀ ਆ ਆਪਣੀਆਂ ਬੜੀਆਂ ਪਈਆਂ ਨੂੰ ਹੁਣ 2.5 ਘੰਟੇ ਹੋ ਗਏ ਆ ਐਂਡ ਲੋ ਹੀਟ ਤੇ ਮੈਂ ਰੱਖਿਆ ਸੀਗੇ ਜਦੋਂ ਇਹਦਾ ਥੱਲੇ ਪੱਟ ਹੋਣ ਲੱਗ ਪੈਣਾ ਮੈਂ ਲੱਗਾ ਇਹ ਸਮਝ ਲਓ ਬੜੀ ਹੋ ਚੱਲੀ ਐ ਥੋੜੀ ਜਿਹੀ ਕਸਰ ਰਹਿੰਦੀ ਆ ਦੇਖੋ ਮਾੜੀ ਜਾਈ ਅੱਧਾ ਘੰਟਾ ਇਹਨੂੰ ਆਪਾਂ ਹੋਰ ਰੱਖਾਂਗੇ ਵਿੱਚ 3 ਘੰਟੇ ਲੱਗ ਜਾਣੇ ਇਹਨਾਂ ਨੂੰ ਬੜੀਆਂ ਨੂੰ ਸੁੱਕਦੀਆਂ ਨੂੰ ਆ ਦੇਖੋ ਜਿਹੜੀਆਂ ਛੋਟੀਆਂ ਛੋਟੀਆਂ ਸੀਆਂ ਉਹ ਤਾਂ ਸੁੱਕ ਗਈਆਂ ਆਪੇ ਲਿੱਤੀ ਜਾਂਦੀਆਂ ਹਨ ਆਪੇ ਰੁੱਟਦੀਆਂ ਜਾਂਦੀਆਂ ਥੱਲੇ ਜਦੋਂ ਪੱਕ ਜਾਣੀਆਂ ਆਪੇ ਲਿੱਤ ਜਾਣੀਆਂ ਇਹ ਅੱਧਾ ਘੰਟਾ ਹੋਰ ਰੱਖਦੇ ਆ ਫਿਰ ਇਹਨਾਂ ਨੂੰ ਕੱਢ ਕੇ ਦਿਖਾਉਣੀ ਆ ਬੜੀਆਂ ਪਈਆਂ ਨੂੰ 3 ਘੰਟੇ ਹੋ ਗਏ ਆ ਲੋਕ ਲਿਠਣ ਲੱਗ ਪਈਆਂ ਉਹਦੇ ਨਾਲ ਆ ਦੇਖੋ ਨਾਈਸ ਹੋ ਗਈਆਂ ਨੇ ਇਹਨਾਂ ਕੜਕਰੀਆਂ ਨੇ ਹੁਣ ਜਦੋਂ ਠੰਡੀਆਂ ਹੋ ਗਈਆਂ ਬਾਹਰ ਕੱਢ ਕੇ ਦਿਖਾਉਂਦੀ ਇਹਨਾਂ ਨੂੰ ਠੰਡੀਆਂ ਕਰਕੇ ਹੈਨਾ ਹੁਣ ਆਪਾਂ ਇਹਨਾਂ ਨੂੰ ਕੱਢ ਲੈਣਾ ਤਿੰਨ ਘੰਟੇ ਲੱਗੇ ਇਹਨਾਂ ਨੂੰ ਲੋ ਹੀਟ ਤੇ ਤੇ ਆਪਣੀਆਂ ਬੜੀਆਂ ਹੋ ਗਈਆਂ ਠੰਡੀਆਂ ਮਸਾਲਾ ਬੜੀ ਹੋ ਗਈ ਰੈਡੀ ਤੁਹਾਨੂੰ ਖੜ ਕੇ ਤਾਂ ਪਤਾ ਲੱਗਦਾ ਹੁੰਦਾ ਹੈਨਾ ਐਂਡ ਸੁੱਕ ਗਈਆਂ ਨਾਈਸ ਤੁਸੀਂ ਵੀ ਦੇਖਿਓ ਬਣਾ ਕੇ ਤੇ ਫਿਰ ਤੁਸੀਂ ਮੈਨੂੰ ਦੱਸਿਓ ਤੁਹਾਡੀਆਂ ਬੜੀਆਂ ਕਿਦਾਂ ਦੀਆਂ ਬਣੀਆਂ ਤੇ ਆਪਾਂ ਇਹਨਾਂ ਦੀ ਸਬਜ਼ੀ ਫਿਰ ਤੁਹਾਡੇ ਨਾਲ ਸ਼ੇਅਰ ਕਰਾਂਗੇ ਕਿਸੇ ਦਿਨ ਥੈਂਕ ਯੂ ਵੈਰੀ ਮਚ ਵੀਡੀਓ ਦੇਖਣ ਦਾ Thank you.